ਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇਹ ਬਾਣੀ ਰਾਗਤ ਨਾਸਰੀ ਦੇ ਪਹਿਲੇ ਘਰ ਵਿੱਚ ਗਾਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਇਹ ਬਾਣੀ ਧੰਗ ਗੁਰੂ ਰਾਮਦਾਸ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਹੈ ਇਸ ਬਾਣੀ ਦਾ ਨਾਮ ਚੌਪਦੇ ਹੈ ਏਕ ਓਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਉਸ ਪ੍ਰਮਾਤਮਾ ਨੂੰ ਸਤਗੁਰ ਦੀ ਕਿਰਪਾ ਦਿਨਾਰ ਪ੍ਰਾਪਤ ਕੀਤਾ ਜਾ ਸਕਦਾ ਹੈ ਜੋ ਹਰ ਸੇਵ ਹੈ ਸੰਤ ਭਗਤ ਤਿੰਨ ਕੈ ਸਭ ਪਾਪ ਨਿਵਾਰੀ हे ਪ੍ਰਭੂ ਤੇਰੇ ਜਿਹੜੇ ਸੰਤ ਜਿਹੜੇ ਭਗਤ ਤੇਰਾ ਨਾਮ ਸਿਮਰਦੇ ਹਨ ਤੂੰ ਉਹਨਾਂ ਦੇ ਪਿਛਲੇ ਕੀਤੇ ਸਾਰੇ ਪਾਪ ਦੂਰ ਕਰਨ ਵਾਲਾ ਹੈ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੂ ਪਿਆਰੀ हे मालिक प्रभु ਸਾਡੇ ਉਤੇ ਮਿਹਰ ਕਰ ਸਾਨੂੰ ਉਸਤਤ ਸੰਗਤ ਵਿੱਚ ਰੱਖ ਜਿਹੜੀ ਤੈਨੂੰ ਪਿਆਰੀ ਲੱਗਦੀ ਹੈ ਹਰ ਗੁਣ ਕਹਿ ਨਾ ਸਕੋ ਬਨਵਾਰੀ ਹੇ ਹਰੀ ਹੇ ਪ੍ਰਭੂ ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ ਹਮ ਪਾਪੀ ਪਾਥਰ ਨੀਰ ਢੂਪਤ ਕਰ ਕਿਰਪਾ પાਖਨ ਹਮ ਤਾਰੀ ਰਾਓ ਅਸੀਂ ਜੀ ਪਾਪੀ ਹਾਂ ਪਾਪਾ ਵਿੱਚ ਡੁੱਬਦੇ ਰਹਿੰਦੇ ਹਾਂ ਜਿਵੇਂ ਪੱਥਰ ਪਾਣੀ ਵਿੱਚ ਡੁੱਬਦੇ ਹਨ ਮਿਹਰ ਕਰ ਸਾਨੂੰ ਪੱਥਰਾਂ ਨੂੰ ਭਾਵ ਪੱਥਰ ਦਿਲਾ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੋ ਜਨਮ ਜਨਮ ਕੇ ਲਾਗੇ ਬਿਕ ਮੋਰਚਾ ਲਗ ਸੰਗਤ ਸਾਧ ਸਵਾਰੀ ਜੀਵਾਂ ਦੇ ਅਨੇਕਾ ਜਨਮਾਂ ਦੇ ਚੰਬੜੇ ਹੋਏ ਪਾਪਾ ਦਾ ਜ਼ਹਿਰ ਪਾਪਾ ਦਾ ਜੰਗਲ ਸਾ ਸੰਗਤ ਦੀ ਸ਼ਰਣ ਪਾ ਕੇ ਸੋਧਿਆ ਜਾਂਦਾ ਹੈ ਜੋ ਕੰਚਨ ਬੈ ਸੰਤਰਤਾਰਿਓ ਮਲ ਕਾਟੀ ਕਟਤ ਉਤਾਰੀ ਜਿਸ ਤਰ੍ਹਾਂ ਸੋਨਾ ਆਗ ਵਿੱਚ ਧਪਾਇਆ ਉਸ ਦੀ ਸਾਰੀ ਹੀ ਮੈਲ ਕੱਟੀ ਜਾਂਦੀ ਹੈ ਸਾਰੀ ਹੀ ਮੈਲ ਲੈ ਜਾਂਦੀ ਹੈ ਹਰ ਹਰ ਜਪਨ ਜਪਿਓ ਦਿਨ ਰਾਤੀ ਜਪ ਹਰ 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 ਉਰਤਾਰੀ हे ਭਾਈ ਤਾਂ ਹੀ ਤਾਂ ਮੈਂ ਵੀ ਦੇਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹੋਮੇ ਮਾਰੀ ਏ ਭਾਈ ਪਰਮਾਤਮਾ ਦਾ ਨਾਮ ਜਗਤ ਵਿੱਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਗੁੰਜਦੀ ਇਹ ਨਾਮ ਚੱਪ ਕੇ ਅੰਦਰੋਂ ਦੀ ਹੋਮੇ ਮੁਕਾ ਸਕਦੇ ਹਾਂ ਹਰ ਹਰ ਆਗਮ ਆਗਾਦ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਸਵਾਰੀ ਏ ਨਾਨਕ ਆਖ ਏ ਅਪਹੁੰਚ ਏ ਮਨੁੱਖਾ ਦੀ ਸਮਝ ਤੋਂ ਪਰੇ ਏ ਪਰੇ ਤੋਂ ਪਰੇ ਏ ਸਰਵ ਵਿਆਪਕ ਏ ਬੇਅੰਤ ਏ జగਤ ਦੇ ਜੀਵਨ ਆਪਣੇ ਦਾਸਾ ਉੱਤੇ ਮਿਹਰ ਕਰ ਅਤੇ ਇਸ ਵਿਕਾਰ ਪਰ ਇਸ ਸੰਸਾਰ ਸਮੁੰਦਰ ਵਿੱਚੋਂ ਦਾਸਾ ਦੀ ਇਲਾਜ ਰੱਖ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ